ਜਿਹੜੀਆਂ ਗੱਲਾਂ ਜਮੇਰ ਸੁਣੀ ਕਰਦੇ ਤਾਂ ਦੁਕਾਨਦਾਰੀਆਂ ਆ ਠੀਕ ਆ ਤੁਸੀਂ ਗੱਲਾਂ ਨੂੰ ਜਦੋਂ ਕੱਲੀ ਕੱਲੀ ਗੱਲ ਨੂੰ ਵੈਸੇ ਤਾਂ ਉਹਦਾ ਜੀ ਕਰਦਾ ਹੁੰਦਾ ਪਰ ਜੀਆਂ ਮੈਂ ਇੱਕ ਦੋ ਵੀਡੀਓ ਹੋਰ ਸੁਣੀਆਂ ਵੀ ਅਸੀਂ ਦੋ ਦੋ ਹਫ਼ਤੇ ਇਦਾਂ ਬੈਠੇ ਰਹੀਏ ਜਾਣ ਠੀਕ ਆ ਉਹ ਤੁਸੀਂ ਡੰਗਾਈ ਦੇ ਵਿੱਚ ਜਾਂਦੇ ਆ ਤੁਹਾਨੂੰ ਝੱਟ ਪਤਾ ਲੱਗ ਜਾਂਦਾ ਵੀ ਨਹੀਂ ਖੁਦਗਰਜ਼ੀ ਹੈ ਇਹਨਾਂ ਦੀ ਤਾਂ ਹਾਂਜੀ ਲੋਹਰ ਨਹੀਂ ਵੱਡੀ ਜ਼ੁਲਫਤਾਰ ਨਾ ਕਰਦੀ ਠੀਕ ਕੰਡੀਸ਼ਨਸ ਤਾਂ ਹੁੰਦੀਆਂ ਹੀ ਆ ਲੋਕ ਭੁੱਖੇ ਮਰਦੇ ਹੀ ਆ ਫਿਰ ਤਾਂ ਉਹ ਥਾਂ ਥਾਂ ਇਨਕਲਾਬ ਕਰ ਦੇਣ ਮੰਗਤੇ ਹੀ ਇਨਕਲਾਬ ਕਰਦੇ ਹਨ ਦੁਖੀ ਹੋਏ ਜੇ ਕੋ ਭੁੱਖ ਦੇ ਮਾਰੇ ਕੰਡੀਸ਼ਨਸ ਪਲੱਸ ਲੀਡਰਸ਼ਿਪ ਇਦਾਂ ਹੀ ਆ ਅਜਮੇਰ ਸਿਆਂ ਠੀਕ ਆ ਜਿਹੜੀ ਤੂੰ ਗੱਲਾਂ ਕੀਤੀ ਆ ਨਾ ਕਿ ਕੰਡੀਸ਼ਨਾਂ ਤਾਂ ਹੁੰਦੀਆਂ ਹੀ ਆ ਫਿਰ ਤਾਂ ਮੰਗਤੇ ਹੀ ਇਹੀ ਕੁਝ ਹੋਇਆ ਪੰਜਾਬ ਦੇ ਸਾਡੇ ਜਿਹਨੂੰ ਅਸੀਂ ਲੀਡਰਸ਼ਿਪ ਕਹਿੰਨੇ ਆ ਨਾ ਉਹ ਇਦਾਂ ਨਹੀਂ ਹੈ ਕਿ ਉਹ ਸਾਡਾ ਦਰਦ ਲੈ ਕੇ ਨਿਕਲੀ ਨਹੀਂ ਹਾਲਾਤ ਦੇਖ ਕੇ ਤਾਂ ਜਦੋਂ ਢੰਡਰਾ ਬੰਦੇ ਨੂੰ ਚੁਣਿਆ ਗਿਆ ਕਿਸ ਨੇ ਸਿਲੈਕਟ ਕੀਤਾ ਅਕਾਲੀ ਦਲ ਆ ਉਹ ਕਿਉਂਕਿ ਹੁਣ ਕੁਝ ਹੋਇਆ ਹੋਊਗਾ ਜਾਨੀ ਸੰਜੇ ਗਾਂਧੀ ਜਾਨੀ ਜੈਲ ਸਿੰਘ ਤੇ ਭਰੋਸਾ ਕਰਕੇ ਬੈਠਾ ਸੀ ਗੱਲ ਪੰਜਾਬ ਦੀ ਸੀ ਕੋਈ ਬੰਦਾ ਚਾਹੀਦਾ ਸੀ ਉਹਨਾਂ ਨੂੰ ਇੱਥੇ ਦਾ ਲੋਕ ਹੁਣ ਗਿਆਨੀ ਜੈਲ ਸਿੰਘ ਜਿੱਥੇ ਉਹਦਾ ਮਕਸਦ ਇਹ ਸੀ ਕਿ ਕਾਂਗਰਸ ਦੇ ਲਈ ਉਹਨਾਂ ਦਾ ਜਿਹੜਾ ਮੁੱਖ ਵਿਰੋਧੀ ਆ ਖੇਤਰੀ ਪਾਰਟੀ ਅਕਾਲੀ ਦਲ ਉਹਨੂੰ ਖਤਮ ਕਰਨਾ ਉਹਨੂੰ ਫਿੱਕਾ ਕਰਨਾ ਉਹਨੂੰ ਪਰਮਾਉਣਾ ਉਹਨੂੰ ਪਟਕਾਉਣਾ ਉਹਦੇ ਤੇ ਇਲਜ਼ਾਮ ਲੱਗਣ ਉਹਦੇ ਬਰਾਬਰ ਕੋਈ ਸ਼ਰੀ ਖੜਾ ਲੋਕ ਕਨਫਿਊਜ਼ ਹੋ ਜਾਣ ਪਰ ਜਦੋਂ ਇਲੈਕਸ਼ਨ ਆਵੇ ਇੱਕ ਪਾਸੇ ਕਾਂਗਰਸ ਦਾ ਬੰਦਾ ਖੜਾ ਇੱਕ ਪਾਸੇ ਅਕਾਲੀਆਂ ਦਾ ਖੜਾ ਅਕਾਲੀਆਂ ਦੇ ਬੰਦੇ ਨੂੰ ਅਕਾਲੀਆਂ ਨੂੰ ਜਦੋਂ ਸਿੱਖਾਂ ਦਾ ਇੱਕ ਬਹੁਤ ਵੱਡਾ ਕਰਤਾਰ ਜਿਹੜਾ ਕਰਤਾਰ ਸਿੰਘ ਪਿੰਡਰਾਲੇ ਦੀ ਥਾਂ ਤੇ ਬੈਠਾ ਜਿਹੜਾ ਬਾਬਾ ਕਹਿੰਦਾ ਬਾਬਾ ਦੀਪ ਸਿੰਘ ਤੋਂ ਸ਼ੁਰੂ ਹੋਈ ਟਕਸਾਲ ਜਦੋਂ ਉਹ ਬੰਦਾ ਅਕਾਲੀਆਂ ਨੂੰ ਭੰਡੂਗਾ ਤੇ ਲੋਕ ਕਨਫਿਊਜ਼ ਨਾ ਹੋਣਗੇ ਇਹਨਾਂ ਤੇ ਭਰੋਸਾ ਯਾਰ ਕਿਉਂ ਕਰੀਏ ਇਹ ਤਾਂ ਬੜੇ ਨਕਮੇ ਆ ਆਪਣੇ ਆਪ ਹੀ ਬੂਟਾ ਕਾਂਗਰਸ ਨੂੰ ਪਾ ਦੇਣੀ ਆ ਜੈਨੀ ਜੈਲ ਸਿੰਘ ਨੇ ਜਿੱਥੇ ਉਹ ਖੇਤਰੀ ਪਾਰਟੀ ਨੂੰ ਨਾ ਕਾਮਯਾਬ ਕਰਨਾ ਸੀ ਉੱਥੇ ਉਹਦਾ ਆਪਣਾ ਮਕਸਦ ਵੀ ਹੱਲ ਹੋ ਰਿਹਾ ਸੀ ਪੇ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣਨੀ ਆ ਤੇ ਇੱਥੇ ਦੋ ਮੁੱਖ ਲੀਡਰ ਸੀ ਗੰਨੀ ਜੈਲ ਸਿੰਘ ਤੇ ਦਰਵਾਰਾ ਸਿੰਘ 인ਦਰਾ ਗਾਂਧੀ ਨੇ ਸਿਆਣਪ ਕੀਤੀ ਉਹ ਪੁਰਾਣਾ ਸੀ ਉਹਨੂੰ ਚੱਕ ਕੇ ਸੈਂਟਰ ਵਿੱਚ ਲੈ ਗਏ ਗ੍ਰਹਿ ਮੰਤਰੀ ਬਣਾ ਦਿੱਤਾ ਹੁਣ ਉਹਦੇ ਕੋਲ ਜੇ ਤਾਂ ਉਹ ਕਹਿੰਦਾ ਮੈਂ ਪੰਜਾਬ ਸੰਭਣਾ ਫੇਰ ਦਰਵਾਰਾ ਸਿੰਘ ਅਹਾਂ ਜਾਂਦਾ ਸੀ ਉਹ ਵੀ ਚੱਲ ਨਹੀਂ ਸੀ ਹੁੰਦਾ ਉਹ ਤੋਂ ਜੇ ਉਹ ਨਹੀਂ ਚੂਜ਼ ਕੀਤਾ ਵੀ ਚੱਲ ਮੈਂ ਗ੍ਰਹਿ ਮੰਤਰੀ ਬਣ ਜਾਣਾ ਫੇਰ ਉਹਨੂੰ ਇਹ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਇਹ ਨੰਦਨਰੋਂਦਾ ਫਿਰਨੇ ਉਹ 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 ਪਹਿਮਿਆਂ ਇਹ 70 78 ਦਾ ਉਹ ਟਾਈਮ ਆ ਜਦੋਂ ਕਾਲਜਾਂ ਦੇ ਵਿੱਚ ਬੇਸ਼ੱਕ ਐਸ ਐਫ ਆਈ ਜ਼ੋਰ ਫੜ ਕੇ ਬੈਠੀ ਸੀ ਐਸ ਐਫ ਆਈ ਦੇ ਉੱਪਰ ਵੀ ਇੱਕ ਇਦਾਂ ਦੀ ਧਾਰਾ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਗੱਲ ਛੱਡ ਦੀ ਬਜਾ ਕਾਲਜਾਂ ਦੇ ਵਿੱਚ ਥੱਲੇ ਤੱਕ ਜਾਣੀ ਠੀਕ ਆ ਇਹ 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 ਗਰੁੱਪ ਬਣਿਆ ਹੋਇਆ ਸੀ ਵੀ ਇਹ ਗਿਆਨੀ ਜਗਤ ਸਿੰਘ ਦੇ ਬੰਦੇ ਆ ਤੇ ਇਹ ਦਰਬਾਰਾ ਸਿੰਘ ਦੇ ਉਹਨੂੰ ਉਹ ਤੋਂ ਪੰਜਾਬੀ ਖੁਸਤਾ ਚੱਲੀ ਸੀ ਹੁੰਦਾ ਤੇ ਢਿੰਡਰਾ ਵਾਲੇ ਰਾਹੀਂ ਗਿਆਨੀ ਜੱਲ ਸਿੰਘ ਦੇ ਦੋ ਹੀ ਮਸਲੇ ਹੱਲ ਹੁੰਦੇ ਸੀ ਦਰਬਾਰਾ ਸਿੰਘ ਵੀ ਫਿੱਕਾ ਪੈਂਦਾ ਸੀ ਤੇ ਅਕਾਲੀ ਦਲ ਵੀ ਫਿੱਕਾ ਪੈਂਦਾ ਸੀ ਲੀਡਰ ਲੀਡਰਸ਼ਿਪ ਜਿਹਨੂੰ ਤੁਸੀਂ ਕਹਿੰਨੇ ਆ ਭਾਈ ਉਹ ਚੁਣੇ ਗਏ ਆ ਇਦਾਂ ਹੀ ਅਮਰਤਪਾਲ ਵੀ ਤੁਸੀਂ ਹੁਣ ਅਜਮੇਰ ਸਿੰਘ ਨੂੰ ਦੱਸ ਦਿਓ ਮਿੱਤਰਾ ਤੂੰ ਤਾਂ ਇਹ ਚਾਹਣਾ ਨਾ ਵੀ ਤੂੰ ਇਸ ਬਹਾਨੇ ਦੇ ਨਾਲ ਅਮਰ ਸਿੰਘ ਅਮਰਤਪਾਲ ਨੂੰ ਹੀਰੋ ਬਣਾਉਣਾ ਪਰ ਨਹੀਂ ਅਜੋ ਸਮਾਨੀ ਤੁਸੀਂ ਤਾਂ ਭਿੰਡਰਾਂ ਵਾਲੇ ਦੀ ਰਹਿੰਦੀ ਖੁੰਦੀ ਵੀ ਮਿੱਟੀ ਪਟੋਣੀ ਆ ਜਿੰਨੀ ਵਾਰ ਮਰਜੀ ਬੋਲੇਗਾ ਤੂੰ ਅਮਰਤਪਾਲ ਦੇ ਬਾਰੇ ਜਖਣਾ ਭਿੰਡਰਾਂ ਵਾਲੇ ਦੀ ਪੱਟ ਹੋਣੀ ਆ ਠੀਕ ਆ ਖੋਜ ਜਿਹੜੀ ਫਿਰ ਲੋਕਾਂ ਦੀ ਉਹ ਸਾਰੇ ਕੁਸ਼ ਨੂੰ ਔਖ ਨੂੰ ਬੇਚੈਨੀ ਨੂੰ ਕਰੋਚ ਬਦਲੇ ਤੇ ਲਹਿਰ ਦਾ ਰੂਪ ਦੇ ਕੇ ਲੜਾਈ ਸ਼ੁਰੂ ਕਰੇ ਆਇਆ ਉਹ ਲੀਡਰ ਚਾਹੀਦਾ ਜਿਹੜਾ ਲੋਕਾਂ ਦੇ ਰੋਹ ਨੂੰ ਲੋਕਾਂ ਦੀ ਔਖ ਨੂੰ ਲੋਕਾਂ ਦਾ ਦਰਦ ਆ ਜਿਹੜਾ ਉਹਨੂੰ ਇੱਕ ਗੁੱਸੇ ਚ ਕਰੋਹ ਦੇ ਵਿੱਚ ਬਦਲ ਦੇਵੇ ਰੋਹ ਚ ਬਦਲ ਕੇ ਫਿਰ ਲੜਾਈ ਸ਼ੁਰੂ ਕਰੇ ਉਹ ਇਹਦਾ ਮਤਲਬ ਲੋਕਾਂ ਨੂੰ ਔਖ ਜਿਹੜੀ ਲੋਕਾਂ ਦੇ ਮੁੱਦੇ ਸਿੱਟੇ ਗਏ ਆ ਜੇ ਲੋਕਾਂ ਦੇ ਅੰਦਰ ਕਿਸੇ ਗੱਲੋਂ ਦੁੱਖ ਸੀ ਇਸ ਕੱਲ ਦਾ ਕਿ ਇੱਥੇ ਨਸ਼ੇ ਹਨਾ ਉਹਦਾ ਹੱਲ ਦੱਸਣ ਦੀ ਬਚਾਈ ਉਹਨੂੰ ਰੋਚ ਬਦਲਿਆ ਵੀ ਇਹ ਸਰਕਾਰ ਕਰਾਉਂਦੀ ਹੈ ਨਿਊਜ਼ੀਲੈਂਡ ਦੇ ਵਿੱਚ ਹੋਇਆ ਸਰਕਾਰ ਨੇ ਕਰਾਇਆ ਪਿਛੇ ਦਾ ਜਮੇਰ ਸਿੰਘ ਕੈਨੇਡਾ ਚ ਕਿੰਨੇ ਬੰਦੇ ਫੜੇ ਗਏ ਸਰਕਾਰ ਕਰਾਉਂਦੀ ਉਹ ਬੰਦੇ ਸਰਕਾਰ ਦੇ ਮਸਲਾ ਤਾਂ ਇਹ ਆ ਵੀ ਪੰਜਾਬੀਆਂ ਦੇ ਅੰਦਰ ਸਵਾਰਥ ਕੁੱਟ-ਕੁੱਟ ਕੇ ਪਿਆ ਸਵਾਰਥੀ ਹੋਣ ਕਰਕੇ ਖੁਦਗਰਜ਼ ਹੋਣ ਕਰਕੇ ਸਾਡੇ ਅੰਦਰ ਵਫਾਦਾਰੀ ਨਹੀਂ ਲੱਭ ਸਕਦੀ ਲੌਇਲ ਹੋਣ ਲਈ ਤੁਹਾਨੂੰ ਖੁਦਗਰਜ਼ੀ ਤੋਂ ਉੱਪਰ ਉੱਠਣਾ ਪੈਣਾ ਹੈ ਸਵਾਰਥ ਤੋਂ ਉੱਪਰ ਉੱਠਣਾ ਪੈਣਾ ਹੈ ਲੌਇਲ ਹੋਣ ਲਈ ਤੁਹਾਡੇ ਅੰਦਰ ਤਿਆਗ ਦੀ ਭਾਵਨਾ ਚਾਹੀਦੀ ਹੈ ਤੁਹਾਡੇ ਅੰਦਰ ਆਫਟਰ ਯੂ ਕਹਿਣ ਦੀ ਹਿੰਮਤ ਚਾਹੀਦੀ ਹੈ ਸਵਾਰਥੀ ਬੰਦਾ ਨਾ ਇਮਾਨਦਾਰ ਹੋ ਸਕਦਾ ਨਾ ਵਫਾਦਾਰ ਹੋ ਸਕਦਾ ਅਸੀਂ ਇਹ ਗਲਤ ਅਸੀਂ ਕਹਿੰਦੇ ਆਂ ਕਿ ਅਸੀਂ ਉਹਨਾਂ ਹਾਲਾਤਾਂ 'ਚ ਆਏ ਆਂ ਜੀ ਜਦੋਂ ਹੁਣ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਸੀ ਉਹ ਆਂਦਾ ਸੀ ਲੁੱਟ ਕੇ ਲੈ ਜਾਂਦਾ ਸੀ ਪੰਜਾਬ 'ਚ ਕਹਾਵਤ ਚੱਲਦੀ ਸੀ ਖਾ ਲਿਆ ਸੁਲਾਹੀ ਦਾ ਬਾਕੀ ਅਹਿਮਦ ਸ਼ਾਹ ਦਾ ਉਹ ਗੱਲ ਅਸਲ ਦੇ ਵਿੱਚ ਪੰਜਾਬੀਆਂ ਦੇ ਵਿੱਚੋਂ ਗਈ ਨਹੀਂ ਸਾਡੇ ਚ ਤਾਂ ਬਹੁ ਗਿਣਤੀ ਬਾਹਰਲੇ ਮੁਲਕਾਂ ਚ ਆ ਕੇ ਇਦਾਂ ਦੀ ਆ ਜਿਹਨੂੰ ਇਹ ਪ੍ਰੋਸਸਾ ਨਹੀਂ ਹੈਗਾ ਕਿ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉ। ਸੇਫ ਹੈ। ਕਿਤੇ ਤਾਂ ਲੁੱਟਣਾ ਲੱਭੀ ਬੈਂਕ। ਅਸੀਂ ਟੈਕਸਿਸ ਕਰਕੇ ਨਹੀਂ ਦਿੰਦੇ। ਸਾਡੇ ਬੰਦੇ ਬਿਜ਼ਨਸ ਕਰਦੇ ਆ ਟੈਕਸ ਨਹੀਂ। ਯਾਨੀ ਬਿਜ਼ਨਸ ਬੁਧਾਉਣ ਦੇ ਚਾਂਸ ਹੁੰਦੇ ਆ। ਹੁਣ ਇੱਕ ਬੰਦਾ ਬਿਜ਼ਨਸ ਕਰਨ ਲੱਗਾ। ਉਹਦੀ ਸਾਲ ਦੀ 3 ਲੱਖ ਦੀ ਉਹਨਾਂ 2 ਲੱਖ ਇਨਵੈਸਟ ਕਰ। ਕਰ ਲਿਆ 5 ਲੱਖ ਇਨਵੈਸਟ ਕਰ ਲਿਆ 3 ਲੱਖ ਉਹਦੀ ਸਾਲ ਦੀ ਅਮਦ ਨੇ ਠੀਕ ਹੈ ਹੁਣ ਉਹਨੂੰ ਲੱਗਦਾ ਜੇ 3 ਲੱਖ ਦੇ ਵਿੱਚੋਂ ਮੈਂ ਆਪਣੇ ਖਰਚੇ ਕੱਢ ਕੇ 2 ਲੱਖ ਸ਼ੋ ਕਰ ਦਿੱਤਾ ਤੇ ਮੈਨੂੰ 70000 ਕਰਨਾ ਪੈਣਾ ਪਈ ਇਸ ਕਰਕੇ ਮੈਂ ਸ਼ੋ ਨਹੀਂ ਕਰਦਾ ਚਾਹੇ ਟੈਕਸੀ ਚਲਾਉਂਦਾ ਚਾਹੇ ਟਰੱਕ ਚਲਾਉਂਦਾ ਹੁਣ ਮੰਨ ਲਓ ਕਿ ਟਰੱਕ ਚਲਾਉਂਦਾ ਬੰਦਾ ਉਹਦੇ ਵਿੱਚੋਂ ਜਿੱਦਾਂ ਵੀ ਹੈਗਾ ਉਹ ਉਹ ਕੈਸ਼ ਕਰਕੇ ਤੇ ਆਪਣਾ ਕਰੀ ਜਾਂਦਾ ਹੁਣ ਜਦ ਕੇ ਜੇ ਉਹ 3 ਲੱਖ ਸ਼ੋ ਕਰ ਦਿੰਦਾ ਉਹਦੇ ਤੇ ਟੈਕਸ ਪੇ ਕਰ ਦਿੰਦਾ 2 ਸਾਲ ਹੋ ਗਿਆ ਤੀਜੇ ਸਾਲ ਉਹ ਬੈਂਕ ਨੂੰ ਕਹੇ ਕਿ ਮੇਰੀ ਭਾਈ ਇੰਨੀ ਟਰਨਓਵਰ ਆ ਮੈਨੂੰ 1 ਮਿਲੀਅਨ ਲੋਨ ਚਾਹੀਦਾ ਇੱਕ ਟਰੱਕ ਦੀ ਬਜਾਏ ਉਹ ਚਾਰ ਟਰੱਕ ਪਾਲ ਲਵੇ ਆਪਣੇ ਪੰਜ ਟਰੱਕ ਪਾਲ ਲਵੇ ਹੁਣ ਜਿੱਥੇ ਇੱਕ ਟਰੱਕ ਦੇ ਵਿੱਚੋਂ ਦੋ ਟਰੱਕਾਂ ਦੇ ਵਿੱਚੋਂ ਦੀ 3 ਲੱਖ ਆਮਦਨ ਆ ਪੰਜ ਟਰੱਕ ਹੋ ਜਾਣਗੇ ਉਹ 1.5 ਲੱਖ ਹੋ ਜੂਗੇ ਜਿੱਥੇ ਉਹ ਆਪ ਟਰੱਕ ਚਲਾ ਰਿਹਾ ਆ ਕੱਲੇ ਟਰੱਕ ਦੀ ਗੱਲ ਨਹੀਂ ਕਰਦਾ ਕੋਈ ਕੋਈ ਛੋਟ ਦੁਕਾਨ ਦਾ ਕੰਮ ਆ ਕੋਈ ਬਿਜ਼ਨਸ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਆ ਤੇ ਸਾਨੂੰ ਇਦਾਂ ਲੱਗਦਾ ਵੀ ਅਸੀਂ ਜੋ ਸਾਡੇ ਕੋਲ ਆ ਉਹ ਮੇਰਾ ਆ ਬਾਕੀ ਉਹ ساری ਉਮਰ ਸਾਡੀ ਇਦਾਂ ਲੰਘਦੀ ਆ ਵੀ ਬਸ ਜਿਹੜਾ ਕੋਲ ਆ ਉਹਨੂੰ ਸੰਭਾਲਦੇ ਮਰ ਜਾਂਦੇ ਆ ਅਸੀਂ ਜਦ ਕਿ ਜਿਹੜਾ ਜਿੱਦਾਂ ਅਸੀਂ ਜਿਹੜਾ ਜੀਣਾ ਆ ਸਾਡਾ ਉਹ ਪੈਸੇ ਕਮਾਉਣਾ ਨਹੀਂ ਹੈ ਲਾਈਫ ਜੀਣਾ ਹੁਣ ਜਦੋਂ ਜਦੋਂ ਇਹ ਸਾਡਾ ਇਹ ਜਿਹੜਾ ਇਹ ਸਾਡੇ ਸੱਭਿਆਚਾਰ ਦੇ ਤੌਰ ਤੇ ਕਲਚਰ ਦੇ ਤੌਰ ਤੇ ਸਾਡੀ ਕਮਜ਼ੋਰੀ ਆ ਇਹ ਇਹ ਹੁਣ ਇਹਨਾਂ ਮੁਲਕਾਂ 'ਚ ਦਿੱਥੇ ਸੀ ਪੈਸਾ ਕਮਾ ਰਹੇ ਆ ਉੱਥੇ ਇਸ ਪਾਸੇ ਨੂੰ ਆ ਗਈ ਹੈ ਜਦੋਂ ਅਸੀਂ ਪੰਜਾਬ ਜਾਂਦੇ ਆ ਤੇ ਉਹ ਉਹ ਭਰੋਸਾ ਨਹੀਂ ਸਾਨੂੰ ਲੱਗਦਾ ਸਾਨੂੰ ਲੁੱਟਿਆ ਜਾ ਰਿਹਾ ਹੈ ਹੁਣ ਜਦੋਂ ਹੜ੍ਹ ਆਉਂਦਾ ਜਦੋਂ ਐਨ ਪੈਂਦੀ ਹੈ ਜਦੋਂ ਕੁਛ ਵਾਪਰਦਾ ਤੁਹਾਨੂੰ ਲੱਗਦਾ ਜਿਹੜਾ ਮੁਆਵਜ਼ਾ ਮਿਲਦਾ ਆ ਉਹ ਸਿਰਫ ਉਹਨਾਂ ਕਲੇਮ ਕਰਦੇ ਆ ਜਿੰਨਾਂ ਜਿੰਨਾਂ ਨੁਕਸਾਨ ਹੋਇਆ ਹੁੰਦਾ ਜੱਜ ਨੂੰ ਮਿਲ ਰਿਹਾ ਹੁੰਦਾ ਉਹਨਾਂ ਕਰਦੇ ਆ ਯੂਰੀ ਕਾਫਨੇ ਆ ਪੰਜਾਬ ਦੇ ਵਿੱਚ ਉਹ ਸਰਕਾਰ ਕਰਦੀ ਆ ਕਿ ਅਸੀਂ ਕਰਦੇ ਰਿਸ਼ਵਤ ਸਰਕਾਰ ਦੀ ਦੇਣੀ ਆ ਕਿ ਸਾਡੀ ਦੇਣੀ ਆ ਆਪਾਂ ਜੇ ਨਾ ਅਸੀਂ ਜਿਹੜੇ ਇਤਰਾਜ ਆ ਸਾਡੇ ਸਾਨੂੰ ਜਦੋਂ ਗੁੱਸਾ ਆਉਂਦਾ ਕਿਸੇ ਦੇ ਜਦੋਂ ਅਸੀਂ ਕਿਸੇ ਦੇ ਬਾਰੇ ਸੋਚਦੇ ਬਿਨ ਤੱਕਾ ਕੀਤਾ ਮੇਰੇ ਨਾਲ ਉਹਦੇ ਬਜਾਏ ਆਪਾਂ ਇੱਕ ਸਟੈਪ ਉਤੋਂ ਪਿੱਛੇ ਹਟ ਕੇ ਇਦਾਂ ਸਾਰੀ ਘਟਨਾ ਬਾਰੇ ਸੋਚਣ ਲੱਗਿਆ ਕਿ ਅਸਲ ਚ ਹੋਈ ਕੀ ਆ ਮੈਂ ਇਹਦੇ ਤੇ ਅਪਸਟਕਾ ਤੇ ਹੋ ਰਿਹਾ ਇਹਦਾ ਕੋਈ ਹੋਰ ਹੱਲ ਹੈ ਹੋਰ ਕੋ ਤਰੀਕਾ ਹੈ ਇਹਦਾ ਫਿਰ ਤੁਸੀਂ ਦੇਖਿਓ ਅਸੀਂ ਟਕਾ ਦੇ ਵਿੱਚ ਵੀ ਆ ਜਾਣਾ ਸੋਲੂਸ਼ਨ ਔਰੀਐਂਟਡ ਵੀ ਹੋ ਜਾਣਾ ਹੱਲ ਉਹਦੇ ਲੱਭਣ ਲੱਪਣਾ ਅਸੀਂ ਟਕਰਾ ਤੋਂ ਟਲ ਜਾਣਾ ਸੀ ਸਾਨੂੰ ਸਮਝ ਆ ਜਾਣੀ ਆਪਣੀ ਔਕਾਤ ਦੇ ਬਾਰੇ ਪਤਾ ਲੱਗ ਜਾਣਾ ਹੈ ਭੀੜ ਦੇ ਵਿੱਚ ਰਲਣੋਂ ਹਟ ਜਾਣਾ ਸੀ ਇਹਨਾਂ ਦਾ ਕੀ ਜਾਂਦਾ ਭੰਡਾਲੇ ਦੇ ਮੁੱਦੇ ਕਿੰਨੇ ਠਾਠ ਨਾ ਰਹਿੰਦੇ ਆ ਕੋਈ ਬੰਦਾ ਕਹੂਗਾ ਵੀ ਮਰਨਾ ਸੌਖਾ ਯਾਰ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ 30-30 ਕਰੋੜ ਸਾਲ 6 ਮਹੀਨਿਆਂ ਦੇ ਵਿੱਚ ਇਕੱਠਾ ਹੁੰਦਾ ਤੁਹਾਡੀਆਂ ਪੁਸ਼ਤਾਂ ਨਿਕਲਣ ਦੀ ਲੋਕ ਡੱਕੇ ਨਹੀਂ ਮਾਰਦੇ ਜਿਹੜਾ ਬੰਦਾ 70ਵੇਂ ਮੰਜ਼ਲ ਦੇ ਉੱਤੇ ਰੋਜ਼ ਟੰਗ ਹੋ ਕੇ ਪੈਸੇ ਕਮਾਰੇ ਆ ਟੱਬਾ ਅਮੀਰ ਹੋਣ ਦੇ ਲਈ ਉਹਨੂੰ ਉਹਨੂੰ ਅਗਲੇ ਕੋਈ ਬੰਦਾ ਉਹਨੂੰ ਕਹੇ ਵੀ ਤੂੰ ਥੱਲੇ ਟੋਕਰੀ ਬਹਲ ਤਾ ਉਹ ਕਹਿੰਦਾ 10 ਸਾਲ ਮਿਲਦੇ ਘੰਟੇ ਦੇ 12 ਡਾਲਰ ਮਿਲਦੇ ਆ ਉੱਤੇ 30 ਮਿਲਦੇ ਆ ਖਤਰਾ ਨਹੀਂ 몰 ਲੈ ਰਿਹਾ ਉਹ ਹੋ ਹੋਰ ਕਿੰਨੀਆਂ ਚੌਬਾਂ ਆ ਦੁਨੀਆ ਜ਼ਿੰਦਗੀ ਦੇ ਵਿੱਚ ਜਿਹੜੀਆਂ ਬੰਦਾ ਕਰਦਾ ਕਿਤੇ ਪਹਾੜ ਦੇ ਉੱਤੇ ਜਾਇਓ ਉੱਤੇ ਬਿਜਲੀ ਦੀਆਂ ਤਾਰਾਂ ਲੈਣਾ ਇਦਾਂ ਗਈਆਂ ਹਨੀਆਂ ਠੀਕ ਆ ਉਹਨਾਂ ਦੇ ਉੱਤੇ ਟੰਗ ਹੋਏ ਬੰਦੇ ਦੇਖਿਓ ਹੈਲੀਕਾਪਟਰਾਂ ਨਾਲ ਲਮਕਲਮ ਕੇ ਲੱਗੇ ਹੁੰਦੇ ਕੰਮ ਕਰ ਖਤਰਾ ਨਹੀਂ ਜੀ ਜ਼ਿੰਦਗੀ ਦਾ ਉਹਨਾਂ ਨੂੰ ਉਹ ਜਿਨ੍ਹਾਂ ਦੇ ਅੰਦਰ ਕੀੜਾ ਆ ਉਹ ਜਿਨ੍ਹਾਂ ਨੂੰ ਪਤਾ ਆ ਰਿਸਕ ਆਉਂਦਾ ਮਸ਼ਹੂਰੀ ਕਿੰਨੀ ਆ ਹੁਣ ਜਿਹੜੇ ਸਮਕਲਨ ਆ ਉਹਨਾਂ ਨੂੰ ਮਰਨ ਦਾ ਖਤਰਾ ਨਹੀਂ ਲੀਡਰ ਨੂੰ ਮਰਨ ਦਾ ਖਤਰਾ ਨਹੀਂ ਦਮਾ ਆਪਣੇ ਮਨ ਦੀ ਖਰਾਕ ਵੀ ਤਾਂ ਹੈ ਨਾ ਜਦੋਂ ਖਰਾਕ ਮਿਲਦੀ ਆ ਜਦੋਂ ਬੰਦਾ ਮਸ਼ਹੂਰ ਹੁੰਦਾ ਹੈ ਤਾਂ ਉਹ ਰਿਸਕ ਵੀ ਲੈਂਦਾ ਬਣਾ ਠੀਕ ਆ ਆਪਾਂ ਇਹ ਇਹ ਜਿਹੜੀਆਂ ਜਿਹੜੇ ਪੱਖ ਇਹ ਸਾਨੂੰ ਲੀਡਰਸ਼ਿਪ ਤੇ ਦੱਸ ਰਹੇ ਆ ਜਿਹੜੇ ਮਸਲੇ ਸਾਨੂੰ ਇਹ ਦੱਸਦੇ ਅਸਲ ਚੋਂ ਹੈ ਨਹੀਂ ਸੋ ਇਹ ਦੋ ਗੱਲਾਂ ਇੱਕ ਆਬਜੈਕਟਿਵ ਫੈਕਟਰ ਕੰਡੀਸ਼ਨਲ ਸੋਸ਼ਲ ਕੰਡੀਸ਼ਨਲਸ ਪਲੱਸ ਸਬਜੈਕਟਿਵ ਫੈਕਟਰ ਲੀਡਰਸ਼ਿਪ ਸੋ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਹੈ ਹੋ ਜਾਣੀ ਸੋਸ਼ਲ ਕੰਡੀਸ਼ਨ ਆਪਾਂ ਉਹਦੇ ਬਾਰੇ ਗੱਲ ਕਰੀ ਆ ਠੀਕ ਹੈ ਤੇ ਜਿਹੜਾ ਸਬਜੈਕਟਿਵ ਫੈਕਟਰ ਆ ਲੀਡਰਸ਼ਿਪ ਠੀਕ ਸੋਸ਼ਲ ਕੰਡੀਸ਼ਨ ਵੀ ਜਿਹੜੀ ਉਹ ਹੈਗੀ ਉੱਥੇ ਹੀ ਆ ਪਰ ਗੱਲ ਕੀ ਜਦੋਂ ਹੁਣ ਅਮਰਤਪਾਲ ਦੀ ਗੱਲ ਛੱਡੋ ਤੁਸੀਂ ਪਰਮਜੀਤ ਅਕਾਲੀ ਆ ਰਾਜਪੁਰੇ ਵਾਲਾ ਜਦੋਂ ਲਾਈਵ ਹੁੰਦੇ ਆ ਕਿਸੇ ਮੁੱਦੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੋ ਕਮਲਾ ਜਿਹਾ ਬੰਦਾ ਉੱਥੇ ਗੁਰਦੁਆਰੇ ਚਲਾ ਗਿਆ ਇਦਾਂ ਠੀਕ ਆ ਹੁਣ ਉੱਥੇ ਆਬਜੈਕਟਿਵ ਫੈਕਟਰ ਕੀ ਆ ਮੁੱਦਾ ਕੀ ਆ ਇਹ ਬਦਵੀ ਹੋ ਗਈ ਹੁਣ ਪਤਾ ਆ ਤੇ ਸਭ ਦਾ ਲੀਡਰ ਕੌਣ ਆ ਪ੍ਰਵਾਨਾ ਲਾਈਵ ਹੋ ਗਿਆ ਤੇ ਸੌਦਾ ਲਾ ਦੇਾਂਗੇ ਹੁਣ ਛੱਡਾਂਗੇ ਨਹੀਂ ਆਪਾਂ ਸਾਡਾ ਜੀਣਾ ਕਾਦਾ ਆ ਹੁਣ ਤੁਹਾਨੂੰ ਲੱਗਦਾ ਪੇ ਪ੍ਰਵਾਨਾ ਕੌਮ ਨੂੰ ਉੱਪਰੋਂ ਚ ਕੱਢਣਾ ਚਾਹੁੰਦਾ ਇਸ ਕਰਕੇ ਬੋਲਿਆ ਉਹਨੂੰ ਪਤਾ ਆ ਪੇ ਇਦਾਂ ਬੁੱਲੂਗਾ ਬਾਹਰੋਂ ਕਿੰਨੇ ਪੈਸੇ ਆ ਜਾਣੇ ਆ ਜਾਣਾ ਕੁਛ ਨਹੀਂ ਆਪਣਾ ਜਾ ਕੇ ਮਾਰ ਕੋਠੋ ਉਹ ਤਾਂ ਸੌ ਮੀਂਹ ਦੂਰ ਬੈਠਾ ਆ ਮਾਰ ਕੋਠੋਰ ਕਿਸ ਨੇ ਕਰ ਦੇਣੀ ਹੈ ਜਿੰਨੀਆਂ ਜਿੰਨੇ ਸਾਡੇ ਮੁੱਦੇ ਆ ਇਦਾਂ ਹੀ ਬਦੇ ਆ ਉਹ ਕ੍ਰੀਏਟ ਕੀਤੇ ਗਏ ਆ ਪਹਿਲਾਂ ਹਾਲਾਤ ਹਵਾ ਦਿੱਤੀ ਗਈ ਆ ਉਹਨਾਂ ਨੂੰ ਤਾਂ ਪੱਕਾ ਦਾ ਜੀਣਾ ਆ ਸਾਡਾ ਸਾਡੇ ਨਾਲ ਪੱਕਾ ਹੋਇਆ ਸਾਡੇ ਨਾਲ ਆ ਹੁੰਦਾ ਇਦਾਂ ਹੁੰਦਾ ਛੋਟਾ ਮੁੱਦਾ ਹੈ ਉਥੇ ਪਰਵਾਨਾ ਆ ਥੋੜਾ ਜਿਹਾ ਵੱਡਾ ਆ ਅਮਰਤਪਾਲਿਆ ਉਹ ਤੋਂ ਵੱਡਾ ਆ ਭਿੰਡਰਾ ਵਾਲਾ ਗਹਾਂ ਹੋ ਰਿਆ ਕੋਈ ਤੁਸੀਂ ਹੋਰ ਕਰ ਲਓਗੇ ਠੀਕ ਸਟੇਟ ਲਈ ਸੌਖਾ ਆ ਉਹਨਾਂ ਨੂੰ ਚਾਹੀਦਾ ਹੈ ਘੱਟ ਗਿਣਤੀ ਦੇ ਵਿੱਚ ਉਹ ਜਿੱਥੇ-ਜਿੱਥੇ ਉਹਨਾਂ ਨੂੰ ਸੰਭਾਵਨਾ ਆ ਪਤਾ ਆ ਕਿ ਇਹ ਲਾਬੰਦ ਹੋ ਕੇ ਖਤਰਾ ਬਣ ਸਕਦੇ ਆ ਉਹਨਾਂ ਨੂੰ ਧਕਾਈ ਰੱਖਦੇ ਹੋ ਤੇ ਅਸੀਂ ਉਹਨਾਂ ਦੇ ਮੂਰੇ ਬਣ ਕੇ ਹੱਥ ਥੋਕੇ ਬਣ ਕੇ ਲੱਗੇ ਹਾਂ ਇਹ ਮਤਲਬ ਇਹਨੂੰ ਇੰਨੇ-ਇੰਨਾ ਸਿੱਧੜ ਜਾ ਬਣਾ ਲੈਣਾ ਵੀ ਬੰਦੇ ਨਾਲ ਜੋੜ ਕੇ ਜੇ ਇੱਕ ਨਾਲ بس ਹੋ ਗਿਆ ਸਾਰੀ ਗੱਲ ਉਹਤੇ ਕਮਾਈ ਜਾਣੀ ਤੇ ਇਹ ਗਲਤੀ بار بار ਵਿਤਵਾਨ ਕਰਦੇ ਹਕੂਮਤ ਨੇ ਹਕੂਮਤਾਂ ਨੇ ਤਾਂ ਕਰਲੀ ਕਰਨੀ ਹੈ ਉਹਨਾਂ ਲੋਗਾਂ ਨੇ ਹਕੂਮਤ થોੜੋ ਜ਼ਮੀਰ ਸਿੰਘ ਜੀ ਹਕੂਮਤ થોੜੋ ਇਹ ਗਲਤੀ ਕਰਦੀ ਆ ਪਿੱ ਗਿਆ ਹਕੂਮਤ ਨੂੰ ਤਾਂ ਪਤਾ ਆ ਹਕੂਮਤ ਕਾਤੇ ਭਿੰਡਰਾਂ ਵਾਲੇ ਦੇ ਬਾਰੇ ਜਦੋਂ ਉੱਥੇ ਅਟੈਕ ਹੋਇਆ ਉਹਦੇ ਬਾਰੇ ਹਕੂਮਤ ਕਾਤੇ ਕਹੂਗੀ ਵੀ ਬੱਸ ਹੋਇਆ ਤਾਂ ਖਤਮ ਹੋ ਗਿਆ ਗਿਆ ਉਹ ਇਦਾਂ ਕਾਤੇ ਕਹੂਗੀ ਉਹਨਾਂ ਨੂੰ ਤਾਂ ਦੀ ਕੱਲੀ ਕੱਲੀ ਗੱਲ ਦਾ ਪਤਾ ਆ। ਉਹਨਾਂ ਤਾਂ ਪਤਾ ਵੀ ਕਿਹਦੇ ਸਿਰ ਤੇ ਢਾਰੀਆਂ ਮਾਰਦਾ ਆ। ਹਾਂ ਅੰਮ੍ਰਿਤਪਾਲ ਬਾਰੇ ਪਤਾ ਸੀ ਉਹਨਾਂ ਨੂੰ। ਤੁਸੀਂ ਤਾਂ ਜੇ ਤੇ ਇਹੀ ਨਹੀਂ ਕਲੀਅਰ ਕਰ ਸਕਦੇ ਵੀ 18 ਤਰੀਕ ਨੂੰ ਕਦੇ ਤੁਸੀਂ ਕਹਿੰਦੇ ਆ ਵੀ 18 ਤਰੀਕ ਨੂੰ ਪੁਲਿਸ ਨੇ ਜਿੱਦਾਂ ਦੇ ਹਾਲਾਤ ਪਾ ਦਿਆ ਕੀਤੇ ਉਹ ਇਦਾਂ ਚੁੱਕਣੀ ਦੇ ਕੇ ਦੌੜ ਗਿਆ ਐ ਹੋਇਆ ਇੰਨਾ ਚਿਰ ਵਕਤ ਪਾਈ ਰੱਖਿਆ। ਠੀਕ ਹੈ ਕਦੇ ਤੁਸੀਂ ਕਹਿੰਨੇ ਆ ਫਿਰ ਰੋਡੇ ਦੇ ਵਿੱਚ ਉੱਥੇ ਜਿਹੜਾ ਜਿਹੜੀ ਗ੍ਰਿਫਤਾਰੀ ਹੋਈ ਉਹ ਡਰਾਮਾ ਹੋਇਆ ਤਾਂ ਪਹਿਲਾਂ ਫੜਿਆ ਸੀ ਬੰਦੇ ਸਿਵਲ ਦੇ ਵਿੱਚ ਸੀ ਹੁਣ 18 ਤਰੀਕ ਨੂੰ ਉੱਥੋਂ ਭੱਜਣ ਤੋਂ ਲੈ ਕੇ ਤੇ ਇੱਕ ਮਹੀਨਾ ਪੁਲਿਸ ਨੂੰ ਚੱਕਰ ਦੇ ਵਿੱਚ ਪਾਈ ਰੱਖਣ ਤੋਂ ਲੈ ਕੇ ਰੋਡੇ ਵਾਲੇ ਡਰਾਮੇ ਦੇ ਵਿਚਾਲੇ ਫੜਿਆ ਕਿਦਣ ਗਿਆ ਉਹ ਕਿਉਂ ਨਹੀਂ ਕਲੀਅਰ ਕਰਦੇ ਜਦੋਂ ਜਦੋਂ ਭੱਜਣ ਦੀ ਗੱਲ ਹੁੰਦੀ ਆ ਜਦੋਂ ਇਹ ਕਿਹਾ ਜਾਂਦਾ ਵੀ ਨਹੀਂ ਜੀ ਨਹੀਂ ਇਹ ਤਾਂ ਪੁਲਿਸ ਨੇ ਜਾਣ ਕੇ ਸਰਕਾਰ ਨੇ ਜਾਣ ਕੇ ਦੜਾਇਆ ਠੀਕ ਆ ਵੀ ਨਹੀਂ ਜੀ ਨਹੀਂ ਫੜ ਤਵਦਣੀ ਲਿਆ ਸੀ ਉਹ ਤਾਂ ਐਮੀ ਉਦੋਂ ਤੁਸੀਂ ਕਹਿੰਦੇ ਵੀ ਨਹੀਂ 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 ਚਕੰਨੀ ਦੇ ਕੇ ਦੌੜ ਗਿਆ ਤਾਂ ਭੱਜਣਾ ਪਾਈ ਰੱਖਿਆ ਫੇ ਅਗਲਾ ਕਹਿੰਦਾ ਵੀ ਦੇਖੋ ਜੀ ਠੀਕ ਆ ਭੱਜ ਗਿਆ ਦੌੜਿਆ ਰਿਹਾ ਅਗਲੇ ਗਲ ਚ ਗੁੱਠਾ ਦੇ ਕੇ ਆ ਕਿ ਰੋਡੇ ਤੋਂ ਗ੍ਰਿਫਤਾਰ ਕੀਤਾ ਜਸਪੀ ਸੀ ਰੋਡੇ ਦੇ ਕੋਲ ਸੀ ਇਹ ਫੇ ਤੁਸੀਂ ਕਹਿੰਦੇ ਨਹੀਂ ਜੀ ਨਹੀਂ ਇਦਾਂ ਨਹੀਂ ਹੋਇਆ ਆ ਉਹ ਤਾਂ ਪਹਿਲਾਂ ਫੜਿਆ ਸੀ ਚਲੋ ਅਸੀਂ ਮੰਨ ਲਿਆ ਪੇ 18 ਨੂੰ ਦੌੜ ਗਿਆ ਸੀ ਅਸੀਂ ਇਹ ਵੀ ਮੰਨ ਲਿਆ ਕਿ ਉਦੋਂ ਜਿੱਦਣ ਫੜਿਆ ਗਿਆ ਆ ਉਦੋਂ ਉਹ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਉਹਨੇ ਸਾਡੀਆਂ ਦੋ ਹੀ ਗੱਲਾਂ ਸੀ ਮੰਨ ਲਈਆਂ ਦੋ ਹੀ ਦਾਅਵੇ ਆ ਤੁਹਾਡੇ 18 ਨੂੰ ਤੁਸੀਂ ਕਹਿੰਦੇ ਨਹੀਂ ਫੜਿਆ ਨਹੀਂ ਪੁਲਿਸ ਤੇ ਕੋਲ ਨਹੀਂ ਸੀਗਾ ਉਹ ਉਹ ਤਾਂ ਵਖਤ ਬਾਅਦ ਤਾਂ ਪੁਲਿਸ ਨੂੰ ਠੀਕ ਆ ਤੇ ਜਿੱਦਣ ਫੜੂ ਹੋਇਆ ਉਦੋਂ ਨੂੰ ਤੁਸੀਂ ਕਹਿੰਦੇ ਨਹੀਂ ਉਦੋਂ ਨਹੀਂ ਫੜੂ ਹੋਇਆ ਉਹ ਡਰਾਮਾ ਕੀਤਾ ਪੁਲਿਸ ਨੇ ਸਿਵਲ ਕੱਪੜਿਆਂ ਦੇ ਵਿੱਚ ਪੁਲਿਸ ਉਹਦੇ ਨਾਲ ਸੀ ਦੋ ਹੀ ਗੱਲਾਂ ਅਸੀਂ ਮੰਨ ਲਈਆਂ ਹੁਣ ਤੁਸੀਂ ਸਾਨੂੰ ਇਹ ਦੱਸ ਦਿਓ ਇਹ ਦੇ ਵਿਚਾਲੇ ਫੜਿਆ ਕਿਦੋਂ ਗਿਆ